हाँ जी सत श्रीकाल मित्रों, माझी टाउन प्रोडक्शन के चैनल में तुहाडा स्वागत है। अज आप पहुंचे हुए हैं शहर पात्रा। मैं इधर हो जा, इधर आवाज पूरी प्रॉपर नहीं आ रही है। अज आप पहुंचे हुए हैं शहर पात्रा दे विच। अज थोनू यह जे वीर नाल मिलावांगे ना, जिन्हों देख के थोनू एन पूरा सुकून मिलेगा। अपने वीर ने दो ट्रैक्टर, एक पुरानी मारुति कार, शहर पात्रा दे विच जाखर रोड उत्ते बई रहिंदे ने। आओ तुहानू सारयां नाल उहनां नाल कराउने आ रूबारू, जो बड़ा ज़्यादा टैलेंट यार बंदयां ने आपदी मेहनत नाल बनाए ने दो ट्रैक्टर। बई आम तां पड़ोलियां दा काम करदे ने गे। आओ तुहानू दिंदे आ सारी जानकारी ते आओ तुहानू लै चलदे। हाँ जी मित्रो, लो आपां पहुँच चुके हां। आ देखो बड़े पहाड़ां जिड्डे दो जंत्र खड़ाए हुए बईयां ने। ये ट्रैक्टर नहीं है, मैं लगता जहाज ने गे। जमी एन घेंट गलबात बना रखी है बईया ने। आओ तुहानू बईया नाल मिलाउने आ गे, जिन्हां ने यह मेहनत नाल बनाया है। सीकाल जी सीकाल बरे, माझी टाउन प्रोडक्शन के चैनल च बरे तुहाडा स्वागत है जी। पहला बरे तुहानू बहुत बहुत मुबारक है जी, थोने आ दो जड़े एन पहाड़ों वर्गे जहाज बनाते एन सिरा बरे। ये बई तुसी बनाए ने गे, अपने बापू जी ने बनाया जी। ठीक है जी, ठीक है। ये फिर बापू जी थोने किवें करामात करती एडी तकड़ी? करामात जी वैसे तो हाँ जी कम अपने है। ठीक है जी, ये किते नू लेके जुड़े हुए जी पहले दिन? हाँ जी। ठीक है जी, ठीक है। ये अपना जी बेटा जी? हाँ बेटा। ठीक है ते बरे आ जाओ फिर दिओ जी सानू जानकारी। पहला तो बरे थोड़ा नाम दस दो जी। की है? जसवीर है जी मेरा नाम। जसवीर नाम है भाई। ठीक है भाई, ਤੁਸੀਂ ਇੱਥੇ ਦੀ ਰਹਿਣ ਵਾਲੇ ਵੀਰੇ? ਹਾਂਜੀ ਹਾਂ, ਪਾਤਰਾ ਰਹਿਣ ਵਾਲੇ ਲੋਕਲ। ਠੀਕ ਹੈ ਵੀਰੇ, ਠੀਕ ਹੈ। ਤੇ ਬਈ ਆਪਣੇ ਜਿਹੜੇ ਦੋ ਟਰੈਕਟਰ ਨੇ ਗਏ, ਇਹ ਆਪਣੇ ਕਿਹੜੇ ਕਿਹੜੇ ਇੰਜਨਾਂ ਨਾਲ ਕਿਵੇਂ ਕਿਵੇਂ ਤਿਆਰ ਕੀਤੇ ਹੋਏ ਨੇ ਬਈ, ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿਓ ਜੀ। ਇਹਨਾਂ ਦੇ ਗੱਡੀ ਦਾ ਇੰਜਨ ਹੈ ਜੀ 6 ਸਿਲੰਡਰ। ਅੱਛਾ ਵੀਰੇ, ਇੱਕ ਤੇ ਟਾਟਾ ਦਾ ਇੱਥੇ ਉਹਦੇ ਲੈ ਲੈਣ ਦਾ ਇੰਜਨ। ਠੀਕ ਹੈ ਵੀਰੇ। ਹਾਂਜੀ ਹਾਂ, ਇਹਨਾਂ ਦੇ ਟਰੱਕ ਦੀ ਗੇਅਰ ਬਾਕਸ ਲੱਗੇ ਹੋਏ ਨੇ। ਟਰੱਕ ਦੀ ਗੇਅਰ ਬਾਕਸ ਲੱਗੇ ਹੋਏ ਨੇ? ਠੀਕ ਹੈ, ਸਾਰਾ ਟਰੱਕ ਦੇ ਲੱਗੇ ਹੋਏ ਨੇ। ਠੀਕ ਹੈ ਵੀਰੇ। ਤੇ ਵੀਰੇ ਜਿਹੜੀ ਆ ਆਪਣੀ ਬੌਡੀ ਹੈਗੀ, ਇਹ ਸਾਰੀ ਬਈ ਤੁਹਾਨੂੰ ਆਪੇ ਡਿਜ਼ਾਈਨ ਕਰੀ ਹੈ? ਹਾਂ ਜੀ, ਇਹ ਸਾਰੀ ਬੋਡੀ ਆਪ ਦੇ ਕਰੀ ਹੋਈ ਹੈ। ਠੀਕ ਹੈ ਬਈ, ਇਹ ਕਿਸੇ ਜਾਂ ਹੋਰ ਚੀਜ਼ ਦੀ ਆ ਜਾਂ ਆਪਣੇ ਆਪ ਬਣਾਈ ਹੋਈ ਹੈ ਸਾਰੀ ਪ੍ਰੋਪਰ? ਨਹੀਂ, ਸਾਰੀ ਇਹ ਆਪ ਤਿਆਰ ਕਰੀ ਹੋਈ ਹੈ ਜੀ। ਠੀਕ ਹੈ ਵੀਰੇ, ਠੀਕ ਹੈ। ਇਹ ਟਰੈਕਟਰ ਆਪਣੇ ਜਿਹੜਾ ਵੀਰੇ ਬਣਾਇਆ ਹੈਗਾ, ਇਹਦਾ ਮੇਨ ਆਪਣਾ ਕੰਮ ਕੀ ਚੀਜ਼ ਹੈ ਵੀਰੇ? ਮੇਨ ਕੰਮ ਇਹਦਾ ਪਾਈਪਲਾਈਨ ਪਾਣਾ ਹੈ ਖੇਤਾਂ 'ਚ। ਪਾਈਪਲਾਈਨ ਪਾਉਣ ਵਾਸਤੇ? ਠੀਕ ਹੈ। ਤੇ ਵੀਰੇ ਫਿਰ ਕਿੱਦਾਂ ਕਿੱਦਾਂ ਕੰਮ ਕਰਦਾ ਜੀ, ਸਾਨੂੰ ਦੱਸ ਦਿਓ ਮੜਾਇਆ ਜਾ ਕੇ ਜੀ, ਇਹਦਾ ਨਜ਼ਦੀਕ ਜਾ ਕੇ। ਤੇ ਨਾਲੇ ਆਪਾਂ ਬਾਈ ਤੋਂ ਇੱਕ ਵਾਰ ਜ਼ਰੂਰ ਸਟਾਰਟ ਕਰਵਾ ਕੇ ਵੀ ਦਿਖਾਵਾਂਗੇ ਇਹ ਕਿੱਦਾਂ ਚੱਲਦਾ, ਕੀ ਕੰਮ ਕਰਦਾ। ਠੀਕ ਹੈ ਵੀਰੇ। 4 ਫੁੱਟ ਡੂੰਘੀ ਹੋ ਜਾਂਦਾ ਜੀ ਇਹ। 4 ਫੁੱਟ ਤੱਕ ਪੱਟ ਸਕਦਾ ਵੀਰੇ ਜਾਂ ਇਹਦਾ ਹੋਰ ਵੀ ਜ਼ਿਆਦਾ ਕਪੈਸਿਟੀ ਹੈ? ਹੋਰ ਵੀ ਜਾ ਸਕਦਾ 5 ਫੁੱਟ ਤੱਕ। ਮਤਲਬ ਕਹਿੰਦਾ ਵਾ 5-6 ਫੁੱਟ ਤੱਕ ਜਾ ਸਕਦਾ? ਹਾਂਜੀ ਹਾਂ। ਠੀਕ ਹੈ ਵੀਰੇ। 8-10 ਇੰਚ ਤੱਕ ਪੈਪ ਪਾ ਸਕਦੇ ਆ ਇਸ ਪਲਾਸਟਿਕ ਦਾ। ਠੀਕ ਹੈ, 8-10 ਇੰਚ ਜੀ। ਹਾਂਜੀ ਹਾਂ। ਠੀਕ ਹੈ। ਤੇ ਆ ਬਾਈਆਂ ਦਾ ਨੰਬਰ ਨੇਗੇ, ਤੇ ਜਿਨ੍ਹਾਂ ਨੂੰ ਵੀ ਕੋਈ ਜਾਣਕਾਰੀ ਹੋਵੇ ਲੈਣੀ ਹੋਵੇ ਵੀਰਾਂ ਤੋਂ, ਲੀਲਾ ਮਿਸਤਰੀ ਪਾਤੜਾ, ਹਾਂਜੀ, ਕੋਈ ਵੀ ਜਾਣਕਾਰੀ ਹੋਵੇ ਬਾਈਆਂ ਨਾਲ ਸਿੱਧਾ ਡਾਇਰੈਕਟ ਬਾਈਆਂ ਨੂੰ ਕਾਲ ਕਰ ਲਿਓ। ਖੇਤਾਂ ਦੀ ਪਾਈਪਲਾਈਨ ਦੇ ਸੰਬੰਧੀ ਹੋਵੇ ਜਾਂ ਕੋਈ ਕਿਸੇ ਵੀਰ ਨੇ ਹੋਰ ਇਸ ਤਰ੍ਹਾਂ ਦਾ ਟਰੈਕਟਰ ਬਣਾਉਣਾ ਹੋਵੇ, ਤੇ ਆਓ ਤੁਹਾਨੂੰ ਅੱਗੇ ਵੀਡੀਓ 'ਚ ਹੋਰ ਦੱਸਦੇ ਹਾਂ ਫੀਚਰ। ਤੇ ਆਹਾ ਜਿਹੜੀ ਚੀਜ਼ ਆ ਬਈ, ਆਹਾ ਕਾਹਦਾ ਲਾਇਆ ਹੈ? ਗੇਅਰ ਬਾਕਸ ਵਾਲਾ ਇਹ? ਹਾਂਜੀ ਹਾਂ, ਇਹ ਵੀ ਗੱਡੀ 'ਤੇ ਲੱਗਿਆ ਹੋਇਆ ਜੀ, ਇਹ ਕਰਾਉਣ ਪੀਣ ਪੈਂਦਾ ਇਹਦੇ 'ਚ। ਅੱਛਾ, ਕਾਹ ਗਰਾਰੀ ਨੂੰ ਘੁਮਾਉਂਦਾ? ਠੀਕ ਹੈ ਵੀਰੇ, ਠੀਕ ਹੈ ਵੀਰੇ। ਇਹਨੂੰ ਐ ਘੁਮਾਉਣ ਵਾਸਤੇ ਜ਼ੋਰ ਨਾਲ ਚੱਲਦਾ ਇਹਦੇ ਨਾਲ, ਜ਼ੋਰ ਨਾਲ ਚੱਲਦਾ ਤੇ ਆ ਮਿੱਟੀ ਭਰਾ ਕਰਦੇ ਜੀ ਇਹਨਾਂ ਦੀ। ਇਹ ਮਿੱਟੀ ਸਾਈਡ ਤੇ ਕਰਦਾ ਵੀਰੇ? ਹਾਂ ਜੀ, ਜਦੋਂ ਖਾਲੀ ਪੜਦਾ ਜੀ। ਠੀਕ ਹੈ ਵੀਰੇ, ਹੁਣ ਚਲਾ ਕੇ ਦਿਖਾਵਾਂਗੇ। ਠੀਕ ਹਾਂ, ਚਲਾ ਕੇ ਦਿਖਾਇਓ ਵੀਰੇ ਜ਼ਰੂਰ। ਤੇ ਆਪਾਂ ਸਟਾਰਟ ਕਰਦੇ ਹਾਂ, ਤੇ ਇੱਧਰ ਆ ਜਾਓ ਵੀਰੇ, 1 ਮਿੰਟ ਖੜ ਜਾਓ ਭਰਾਵਾ, ਫਿਰ ਚਲਾਉਂਦੇ ਹਾਂ ਜੀ ਆਪਾਂ। ਤੇ ਆਹਾ ਵੀਰੇ ਇਹ ਕੀ ਚੀਜ਼ ਹੈਗੀ? ਇਹ ਜੀ ਟੂਲ ਬਾਕਸ ਜੀ ਇਹਦਾ। ਅੱਛਾ ਜੀ, ਉਹ ਚੈਨ ਵਾਲਾ ਗੇਅਰ। ਠੀਕ ਹੈ ਜੀ, ਟੂਲ ਬਾਕਸ ਇਹਦਾ। ਟੂਲ ਬਾਕਸ 1 ਮਿੰਟ, ਮੈਂ ਤੇਰੇ ਲਵੀ ਆਵਾਂ ਵੀਰੇ ਉੱਪਰ। ਮਤਲਬ ਕਿ ਜਿੱਦਾਂ ਹੁਣ ਸਟਾਰਟ ਹੋ ਗਿਆ, ਸਭ ਤੋਂ ਪਹਿਲਾਂ ਤਾਂ ਕਿਵੇਂ ਕਿਵੇਂ ਚਲਾਉਣਾ ਪੈਂਦਾ ਬਈ ਇਹ? ਇੱਕ ਵਾਰ ਸਟਾਰਟ ਕਰਕੇ ਦਿਖਾਓ ਵੀਰੇ ਜ਼ਰੂਰ। ਪਹਿਲੀ ਸਾਲ ਸਟਾਰਟ ਹੋ ਗਿਆ, ਕੀ ਬਾਤ ਹੈ ਬਾਈ।
रेल गड्डिया वीरे ने क्या वा ठीक है भाई। ते एक गल होर मित्रो, ये बाई अपने ने वादा करे कहने भी 70 की स्पीड है जी, 70 की स्पीड से भजता है जहाज, क्या बात है भाई। हुए वाह भाई, हुए वाह, क्या बात है। मित्रों माझी टाउन प्रोडक्शन के चैनल में सब्सक्राइब करो ते आओ वीडियो ना बने रहो तो उन यंत्र चलता दिखाने, क्या बात है क्या बात है। ठीक है बरे, ओके थैंक यू जी। वाह बरे कर दे बंद जहाज नू करा, क्या बात है यार बहुत वधिया बरे भाई, थोनू बहुत बहुत मुबारक जी, थोने इन्नी वधिया चीज तैयार की है। वो जेड़ा अपना नाल आला बरे दूसरा हरे आला उस भी सेम फीचर ने बई, ठीक है इंजन का फर्क है जी। एच का इंजन सी जी, 2015 CX का, ठीक है जी टाटा का जी, ओह ले लेंडा जी, ठीक है आज बरे ये बारे जी पाओ थोड़ा जहा चानना जी, फिर कमाल दी गल है 401 हॉर्स पावर ए, देखने च भी फर्क लगता जी, हां बड़ा जी, ठीक है भाई बहुत सोहना तैयार किया है, ठीक है बरे देखो सारे अड्डो अड्डे काम करते ने, ठीक है बरे। हां जी तेल वाली है जी, नहीं ओ दुकान सुनो इधर आओ, अच्छा जी प्रेशर दे ने ब्रेकां, प्रेशर ब्रेकां ने जी, ठीक है जी। आ प्रेशर दो बैटरियां नाल स्टार्ट हुंदा भाई, हां 24 वोल्ट है ओ 12, ठीक है ओ 12 है, फिर दुगने ते तिगनी हो गया ता, हां तिगना हो गया जी, ए गियर बॉक्स ही बड़े ने लगे हुए, ठीक है भाई एदे भी ओदा ही टूल लाया है अपने, हां जी है सिर्फ बाकी, ठीक है भाई भाई ते 401 हॉर्स पावर दा ए मेरे, फिर ओदे नालो कुछ ज्यादा डूंगे पटदा ना ना, वैसे जी पार वधाई दी बाचो, ठीक है भरे मिट्टी पट सके, ए भी एक एक्सपेरिमेंट करके देखया दी है ना, हां जी हां, फिर ए कामयाब रहा, ए फुल कामयाब, दोए कामयाब नहीं होने इस टाइम, ठीक है भाई। ते एक मित्रो एक होर जानकारी रहगी जेड़ी आ हा चैन है 6 गियर ते घूमदी है,6 गियर ने, ठीक है भाई, जिन्ने जेड़ी मर्जी स्पीड च चलाओ, मतलब 6 गियर ने, 6 गियर ने, 3 टाप 3 लो हो गए, ठीक है भाई, मतलब अगले किन्ने हो गए थे जेड़े इंजन वाले नेगे 6 हो गए है ना, 6 हो गए, सातवां बैक ठीक है, पिछलियां दे 6 लग गए, ठीक है 18 गियर पेंदे ने टोटल 18, एदे जेड़ा आ अपना बरे ए भी सेम है 18 गियर दे पेंदे ने, सेम 18 इदे पेंदे ने, कमाल करती भाई ओ एन रूह खुश करती मित्रो। आओ बाईयां तो एक होर खुफिया खजाना मित्रां ने सामया होया, आओ ठीक है, बाईयां दी मरूती है ते ओ पुराना डीजल बोल्ट, वाह भाई वाह, तो ऐ ला जिम्मे जमी नवी होंगी है। ये कि मॉडल है बरे, 85 मॉडल है, 85 मॉडल है, कंपनी वालों ए सी है, ठीक है भाई 85 मॉडल चैन ओके ए सी चलता बई, ठीक है बरे। ये पेंट केरे ही हुई है बई, केर पेंट होया हुआ बई, आह पहला वाला क्या ये भी लगे हुए ने, शीशे नाल, शीशे नाल, ठीक है बरे।
ਗੱਡੀ ਵੀ ਤੋਂ ਓਕੇ ਠੀਕ ਹੈ ਬਾਈ ਕਿਆ ਬਾਤ ਹੈ ਏ ਸੀ ਚੱਲਦਾ ਹੈ ਇਹਦਾ ਵੀਰੇ ਵਾਹ ਬਹੁਤ ਸਾਫ਼ ਰੱਖੀ ਹੋਈ ਹੈ ਬਾਈ बहुत साफ कार है ते वीरे इहदे बारे भी दिओ जी सानू जानकारी ए है जी डीजल बुलेट ए बई ਕਿੰਨਾ ਮਾਡਲ ਹੈ ਵੀਰੇ 99 ਮਾਡਲ ਹੈ ਅੱਛਾ 99 ਮਾਡਲ ਹੈ ਬਾਈ ਠੀਕ ਹੈ ਬਾਈ ਡੀਜ਼ਲ ਤੇ ਚੱਲਦਾ ਬਾਈ ਇਹ ਹਾਂਜੀ ਡੀਜ਼ਲ ਠੀਕ ਹੈ ਬਾਈ ਇਹਦੀ ਐਵਰੇਜ ਕੀ ਰਹਿੰਦੀ ਹੈ ਬਾਈ ਐਵਰੇਜ 80 ਦੀ ਐਵਰੇਜ 80 ਪਲੱਸ ਐਵਰੇਜ 80 ਤੋਂ ਪਲੱਸ ਬਾਈ ਐਨ ਸਹੀ ਚੱਲਦਾ ਬਾਈ ਓਕੇ ਇਹ ਠੀਕ ਹੈ ਵੀਰੇ ਮੈਨੂੰ ਲੱਗਦਾ ਇਹ ਤਾਂ ਦੁਬਾਰਾ ਪੇਂਟ ਹੋਈ ਨਹੀਂ ਹੋਣਾ ਕੇਰਾ ਜਿਹੜਾ ਇਹਦਾ ਹੈ ਹੀ ਹੈ ਹਨਾ ਠੀਕ ਹੈ ਬਾਈ ਕੇਰਾ ਵੀਰੇ ਸਟਾਰਟ ਕਰਕੇ ਦਿਖਾ ਦਿਓ ਜੀ ਇਹਨੂੰ ਹੋਰ ਬਾਈ ਤੁਸੀਂ ਆਪਦਾ ਕਿਹੜੇ ਕਿੱਤੇ ਨੂੰ ਲੈ ਕੇ ਜੁੜੇ ਹੋਏ ਹੋ ਜੀ ਤੁਸੀਂ ਹੋਰ ਆਪਣੇ ਦੇ ਜੀਸੀਬੀ ਖੇਤਾਂ ਦੀ ਮਿੱਟੀ ਪਾਉਂਦੇ ਆਪਾਂ ਠੀਕ ਹੈ ਬਾਈ ਤੇ ਆਪਾਂ ਇੱਕ ਮੁੱਠੇ ਰੈਡੀ ਤਿਆਰ ਕਰਦੇ ਆ ਜੀ ਠੀਕ ਹੈ ਬਾਈ ਤੁਹਾਨੂੰ ਕਾਰਡ ਤੇ ਦੱਸਾਂਗੇ ਨੰਬਰ ਤੇ ਠੀਕ ਹੈ ਬਾਈ ਤੇ ਆਪਾਂ ਬਾਈਆਂ ਦਾ ਕਾਰਡ ਪਾ ਦਿੰਨੇ ਆ ਬਾਈ ਕਿਸੇ ਵੀ ਸੱਜਣ ਮਿੱਤਰ ਨੂੰ ਪਾਤੜਾ ਜਾਖਰ ਰੋਡ ਤੇ ਵੀਰਾਂ ਨਾਲ ਗੱਲ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਹੋਈ ਵੀਰ ਜ਼ਰੂਰ ਕਰਨਗੇ ਆਪਦੀ ਹੈਲਪ ਤੇ ਆਉਂਦੇ ਜਾਂਦੇ ਮਿੱਤਰੋ ਕਦੇ ਮਿੱਤਰਾਂ ਲਵੇ ਵੀਰ ਲਵੇ ਖੜ ਕੇ ਜਾਣਾ ਹੋਵੇ ਟਰੈਕਟਰ ਦੇਖ ਕੇ ਜਾਣਾ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਇੱਕ ਵਾਰ ਵੀਰੇ ਤੁਹਾਡਾ ਨੰਬਰ ਵੀ ਬੋਲ ਦਿਓ ਜੀ ਹਾਂ ਨੰਬਰ ਆਪਣਾ ਹੈਗਾ ਜੀ 62-835-31-911 ਠੀਕ ਹੈ ਬਾਈ ਤੇ ਦੂਜਾ ਨੰਬਰ ਹੈ 94-647-72-209 ਠੀਕ ਹੈ ਨਾਮ ਕੀ ਹੈ ਬਾਈ ਜੀ ਨਾਮ ਉਹਨੂੰ ਜਸਵੀਰ ਸਿੰਘ ਜਸਵੀਰ ਸਿੰਘ ਠੀਕ ਹੈ ਹਾਂਜੀ ਹੋਰ ਕੋਈ ਜਾਣਕਾਰੀ ਹੋਈ ਤਾਂ ਵੀਰਾਂ ਨਾਲ ਜ਼ਰੂਰ ਸੰਪਰਕ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਸਤਰੀ ਲੀਲਾ ਸਿੰਘ ਜੀ ਨੇ ਜਮੀ ਕਮਾਲ ਕਰਤੀ ਜੀ ਕਿੰਨੇ ਟਾਈਮ 'ਚ ਤਿਆਰ ਕਰਤੇ ਜੀ ਆਪਾਂ ਨੇ ਇਹ ਵੱਡਾ ਬੜਾ ਹਜ਼ਾਰ ਰੁਪਇਆ ਬਣਾਇਆ ਹੈ ਜੀ ਆਪਣੇ ਬਣਾਇਆ 8 ਮਹੀਨੇ 'ਚ 8 ਮਹੀਨੇ ਜੀ ਠੀਕ ਹੈ ਜੀ ਜਿਹੜਾ ਦੂਜਾ ਹਰਾ ਇਹ 6 ਮਹੀਨੇ ਦਾ ਇਹ 6 ਮਹੀਨੇ ਜੀ ਹਾਂਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਹ ਖੇਤਾਂ ਵਿੱਚ ਕਿੱਦਾਂ ਕੰਮ ਕਰਦਾ ਬਹੁਤ ਹੀ ਸਫਾਈ ਨਾਲ ਤੇ ਆਰਾਮ ਨਾਲ ਮਿੱਟੀ ਦੀ ਖੁਦਾਈ ਕਰਦਾ ਬਹੁਤ ਸੋਹਣਾ ਕੰਮ ਕਰਦਾ ਬਈ ਟਰੈਕਟਰ ਵਾਹ ਬਈ ਹਾਂਜੀ ਮਿੱਤਰੋ ਵੀਡੀਓ ਵਧੀਆ ਲੱਗੀ ਮਾਝੀ ਟਾਊਨ ਪ੍ਰੋਡਕਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਬਸ ਤੁਹਾਡੇ ਪਿਆਰ ਦੀ ਮਿੱਤਰੋ ਬਹੁਤ ਜ਼ਿਆਦਾ ਲੋੜ ਆ ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ ਅਤੇ ਪਿਆਰ ਵਧਾਉਂਦੇ ਰਹੋ ਮਿੱਤਰੋ ਬਾਏ ਬਾਏ ਟਾਟਾ